ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀ, ਮੈਂ ਤੁਹਾਡੀ ਪੰਜਾਬੀ ਦੀ ਟੀਚਰ ਸੁਨੀਤਾ। ਅੱਜ ਤੁਹਾਨੂੰ ਕਾਲ ਢੋਵਾਂ ਪੰਜਾਬੀ ਵਿਆਕਰਨ ਵਿੱਚੋਂ ਸੱਤਵੀਂ ਕਲਾਸ ਦੀ ਪਹਿਲਾ ਚੈਪਟਰ ਪੜ੍ਹਾ ਰਹੀ ਹਾਂ, ਠੀਕ ਹੈ। ਉਸ ਚੈਪਟਰ ਦਾ ਨਾਮ ਹੈ ਭਾਸ਼ਾ ਲਿਪੀ ਅਤੇ ਵਿਆਕਰਨ, ਲੈਂਗੁਏਜ ਸਕ੍ਰਿਪਟ ਐਂਡ ਗਰਾਮਰਸ, ਠੀਕ ਹੈ ਜੀ। ਇਹਦੇ 'ਚ ਚਿੱਤਰਾਂ ਰਾਹੀਂ ਸਾਨੂੰ ਦੱਸਿਆ ਗਿਆ, ਠੀਕ ਹੈ। ਭਾਸ਼ਾ ਬਾਰੇ ਦੱਸਿਆ ਗਿਆ, ਲਿਪੀ ਬਾਰੇ ਦੱਸਿਆ ਗਿਆ, ਉਹਦੀ ਵਿਆਕਰਨ ਬਾਰੇ ਦੱਸਿਆ ਗਿਆ, ਠੀਕ ਹੈ ਜੀ। ਪਹਿਲਾਂ ਭਾਸ਼ਾ ਦੇਖੋ ਜੀ, ਇਹ ਪਹਿਲੇ 'ਚ ਦੇਖੋ ਜੀ, ਦੋ ਚਿੱਤਰ ਬਣਾਏ ਹੋਏ ਨੇ, ਠੀਕ ਹੈ ਜੀ। ਇੱਕ 'ਚ ਅਧਿਆਪਕ ਬੱਚਿਆਂ ਨੂੰ ਬੋਲ ਕੇ ਪਾਠ ਪੜ੍ਹਾ ਰਿਹਾ ਹੈ, ਠੀਕ ਹੈ। ਦੂਜੇ ਚਿੱਤਰ 'ਚ ਮੁੰਡਾ ਇੱਕ ਕੰਪਿਊਟਰ 'ਤੇ ਕੰਮ ਲਿਖ ਰਿਹਾ ਹੈ, ਠੀਕ ਹੈ ਜੀ। ਉਹਦੇ ਜਿਹੜਾ ਅਧਿਆਪਕ ਬੋਲ ਚਾਲ ਕੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਅਤੇ ਦੂਸਰੇ ਪਾਸੇ ਇੱਕ ਮੁੰਡਾ ਕੰਪਿਊਟਰ 'ਤੇ ਲਿਖ ਰਿਹਾ ਹੈ। ਇੰਝ ਅਸੀਂ ਭਾਸ਼ਾ ਦੁਆਰਾ ਅਸੀਂ ਆਪਣੇ ਮਨ ਦੇ ਭਾਵਾਂ ਨੂੰ, ਵਿਚਾਰਾਂ ਨੂੰ ਦੂਜਿਆਂ ਤੱਕ ਦੱਸ ਸਕਦੇ ਹਾਂ ਅਤੇ ਦੂਜਿਆਂ ਦੇ ਅਸੀਂ ਵਿਚਾਰ ਸੁਣ ਸਕਦੇ ਹਾਂ, ਠੀਕ ਹੈ। ਯਾਨੀ ਕਿ ਦੂਸਰਿਆਂ ਦੇ ਵਿਚਾਰ ਸੁਣ ਸਕਦੇ ਹਾਂ ਜਾਂ ਲਿਖੇ ਹੋਏ ਭਾਵਾਂ ਨੂੰ ਅਸੀਂ ਪੜ੍ਹ ਸਕਦੇ ਹਾਂ, ਠੀਕ ਹੈ ਜੀ। ਭਾਸ਼ਾ ਦੇਖੋ ਜੀ, ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ, ਠੀਕ ਹੈ। ਭਾਸ਼ਾ ਦੇ ਨਾਲ ਅਸੀਂ ਆਪਣੇ ਵਿਚਾਰ ਦੂਜਿਆਂ ਨੂੰ ਦੱਸਦੇ ਹਾਂ ਅਤੇ ਦੂਜਿਆਂ ਦੇ ਅਸੀਂ ਗ੍ਰਹਿਣ ਕਰਦੇ ਹਾਂ, ਠੀਕ ਹੈ ਜੀ। ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਕਿਹੜੀਆਂ ਜੀ? ਮੌਖਿਕ ਜਾਂ ਬੋਲਚਾਲ ਦੀ ਭਾਸ਼ਾ, ਔਰ ਦੂਜੀ ਹੁੰਦੀ ਹੈ ਲਿਖਿਤ ਭਾਸ਼ਾ ਹੁੰਦੀ ਹੈ। ਯਾਨੀ ਕਿ ਜਿਵੇਂ ਇੱਕ ਆਈ ਮੁੰਡਾ ਕੰਪਿਊਟਰ 'ਤੇ ਕੰਮ ਲਿਖ ਰਿਹਾ ਹੈ, ਉਹਦੀ ਕੀ ਹੋਈ ਹੈ? ਲਿਖਿਤ ਭਾਸ਼ਾ। ਔਰ ਅਧਿਆਪਕ ਸਕੂਲ 'ਚ ਬੱਚਿਆਂ ਨੂੰ ਬੋਲ ਕੇ ਪੜ੍ਹਾ ਰਿਹਾ ਹੈ, ਇਹ ਉਸ ਦੀ ਮੌਖਿਕ ਭਾਸ਼ਾ, ਠੀਕ ਹੈ, ਜਾਂ ਫਿਰ ਬੋਲਚਾਲ ਦੀ ਭਾਸ਼ਾ। ਅਗਰ ਦੇਖੋ ਜੀ, ਜਦੋਂ ਅਸੀਂ ਆਪਣੀ ਗੱਲਬਾਤ ਬੋਲ ਕੇ ਕਰਦੇ ਹਾਂ ਤਾਂ ਉਹ ਸਾਡੀ ਕੀ ਹੁੰਦੀ ਹੈ? ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ। ਚਿੱਤਰ ਵਿੱਚ ਦੇਖੋ ਜੀ, ਦੋ ਕੁੜੀਆਂ ਆਪਸ 'ਚ ਗੱਲਾਂ ਕਰ ਰਹੀਆਂ ਨੇ, ਠੀਕ ਹੈ। ਉਹ ਉਹਨਾਂ ਕੁੜੀਆਂ ਦੀ ਕੀ ਹੋਈ ਹੈ ਜੀ? ਬੋਲਚਾਲ ਦੀ ਭਾਸ਼ਾ। ਅਗਲਾ ਦੇਖੋ ਜੀ, ਲਿਖਿਤ ਭਾਸ਼ਾ। ਇੱਕ ਆਦਮੀ ਕਿਤਾਬ ਲਿਖ ਰਿਹਾ ਹੈ, ਉਹ ਉਸਦੀ ਕਿਹੜੀ ਹੋਈ ਜੀ? ਲਿਖਿਤ ਭਾਸ਼ਾ। ਦੂਜਾ ਕੋਈ ਇਸ ਨੂੰ ਪੜ੍ਹੇਗਾ ਤਾਂ ਉਹ ਆਪਣੇ ਇਸਦੇ ਵਿਚਾਰ ਗ੍ਰਹਿਣ ਕਰੇਗਾ, ਇਸੇ ਤਰ੍ਹਾਂ ਜੀ ਇਹ ਉਸਦੀ ਲਿਖਿਤ ਭਾਸ਼ਾ ਹੈ। ਅੱਗੇ ਦੇਖੋ ਜੀ, ਸੰਕੇਤਿਕ ਭਾਸ਼ਾ। ਸੰਕੇਤ ਯਾਨੀ ਕਿ ਸੰਕੇਤਾਂ ਦੁਆਰਾ ਵੀ ਅਸੀਂ ਪੜ੍ਹ ਸਕਦੇ ਹਾਂ। ਜਿਵੇਂ ਇਹ ਦੇਖੋ ਜੀ, ਚੁਰਾਹੇ 'ਤੇ ਲੱਗੀਆਂ ਟ੍ਰੈਫਿਕ ਦੀਆਂ ਬੱਤੀਆਂ, ਲਾਲ 'ਤੇ ਰੁਕਣਾ, ਪੀਲੀ 'ਤੇ ਤਿਆਰ ਹੋਣਾ ਅਤੇ ਹਰੀ 'ਤੇ ਚੱਲਣ ਦਾ ਸੰਕੇਤ ਦਿੰਦੀਆਂ ਹਨ, ਠੀਕ ਹੈ। ਚਿੱਤਰ 'ਚ ਬਣਾਈਆਂ ਹੋਈਆਂ ਨੇ ਪੀਲੀਆਂ ਬੱਤੀਆਂ, ਕਿ ਲਾਲ 'ਤੇ ਰੁਕ ਜਾਣਾ, ਪੀਲੀ 'ਤੇ ਤਿਆਰ ਹੋ ਜਾਣਾ ਔਰ ਹਰੀ 'ਤੇ ਚੱਲ ਪੈਣਾ। ਦੂਜੇ ਪਾਸੇ ਹੱਥ ਦੇ ਇਸ਼ਾਰਿਆਂ ਨਾਲ ਵੀ ਅਸੀਂ ਇਹਨਾਂ ਸੰਕੇਤਾਂ ਨੂੰ ਦੱਸ ਸਕਦੇ ਹਾਂ, ਠੀਕ ਹੈ। ਇਹਨਾਂ ਚਿੰਨ੍ਹਾਂ ਦੇ ਕੁਛ ਖਾਸ ਵੀ ਅਰਥ ਹੁੰਦੇ ਹਨ। ਅੱਗੇ ਦੇਖੋ ਜੀ, ਗੁਪਤ ਭਾਸ਼ਾ। ਗੁਪਤ ਭਾਸ਼ਾ ਜਿਹੜੀ ਹੁੰਦੀ ਹੈ, ਜਿਹੜੀਆਂ ਗੱਲਾਂ ਨੂੰ ਗੁਪਤ ਰੱਖਣ ਵਾਸਤੇ ਵਰਤੀ ਜਾਂਦੀ ਹੈ, ਠੀਕ ਹੈ। ਗੁਪਤ ਭਾਸ਼ਾ ਹੁੰਦੀ ਹੈ, ਇਹ ਭਾਸ਼ਾ ਉਹੀ ਸਮਝ ਸਕਦਾ ਹੈ ਜੋ ਗੁਪਤ ਭਾਸ਼ਾਵਾਂ ਰੱਖਦਾ ਹੈ, ਠੀਕ ਹੈ। ਉਹ ਉਸ ਭਾਸ਼ਾ ਨੂੰ ਆਪਣੇ ਆਪ ਤੱਕ ਹੀ ਸੀਮਿਤ ਰੱਖਦਾ ਹੈ, ਵਿਆਕਰਨ ਵਿੱਚ ਇਸਦਾ ਕੋਈ ਵੀ ਅਰਥ ਨਹੀਂ ਹੁੰਦਾ ਗੁਪਤ ਭਾਸ਼ਾ ਦਾ, ਠੀਕ ਹੈ। ਅੱਗੇ ਹੈ ਜੀ, ਮਾਂ ਬੋਲੀ। ਮਾਂ ਬੋਲੀ ਹੁੰਦੀ ਹੈ ਜਿਹੜੀ ਬੱਚਾ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ, ਪਰਿਵਾਰ, ਆਲੇ ਦੁਆਲੇ ਦੇ ਲੋਕਾਂ ਤੋਂ ਗ੍ਰਹਿਣ ਕਰਦਾ ਹੈ, ਉਹ ਉਸਦੀ ਕਿਹੜੀ ਭਾਸ਼ਾ ਹੁੰਦੀ ਹੈ ਜੀ? ਮਾਂ ਬੋਲੀ। ਅੱਗੇ ਹੈ ਰਾਜ ਭਾਸ਼ਾ। ਕਿਸੇ ਸੂਬੇ 'ਚ ਜਾਂ ਪ੍ਰਾਂਤ 'ਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਹਿੰਦੇ ਹਨ ਜੀ? ਰਾਜ ਭਾਸ਼ਾ। ਜਿਵੇਂ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ਜੀ? ਪੰਜਾਬੀ। ਔਰ ਕੰਨੜ ਦੀ ਕਿਹੜੀ ਹੈ? ਕਰਨਾਟਕ ਦੀ, ਸੋਰੀ, ਕਿਹੜੀ ਹੈ ਜੀ? ਕੰਨੜ, ਠੀਕ ਹੈ। ਇਹ ਹੁੰਦੀ ਹੈ ਰਾਜ ਭਾਸ਼ਾ ਜੋ ਕਿਸੇ ਰਾਜ 'ਚ ਬੋਲੀ ਜਾਂਦੀ ਹੈ। ਅੱਗੇ ਹੈ ਅੰਤਰਰਾਸ਼ਟਰੀ ਭਾਸ਼ਾ। ਇਹ ਇੱਕ ਕੌਮੀ ਭਾਸ਼ਾ ਹੁੰਦੀ ਹੈ ਜਿਸ ਦੀ ਵਰਤੋਂ ਸਾਰੇ ਦੇਸ਼ ਵਿੱਚ ਹੁੰਦੀ ਹੈ। ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਸੰਵਿਧਾਨ ਵਿੱਚ ਇਸ ਨੂੰ 14 ਨਵੰਬਰ 1949 ਨੂੰ ਅਨੁਛੇਦ 334 ਦੇ ਅਧੀਨ ਇਸ ਨੂੰ ਹਿੰਦੀ ਭਾਸ਼ਾ ਦਾ ਰੂਪ ਵਿੱਚ ਮੰਨ ਲਿਆ ਸੀ, ਠੀਕ ਹੈ। ਇਸੇ ਕਾਰਨ 14 ਨਵੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਭਾਸ਼ਾ ਹੁੰਦੀ ਹੈ ਜਿਹੜੀ ਜੀ, ਜਿਹੜੀ ਭਾਸ਼ਾ ਵੱਖ ਵੱਖ ਦੇਸ਼ਾਂ ਦੇ ਲੋਕਾਂ ਵਿੱਚ ਬੋਲੀ ਜਾਂਦੀ ਹੈ, ਠੀਕ ਹੈ ਜੀ। ਜਿਹੜੀ ਅਲੱਗ ਅਲੱਗ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ, ਉਹ ਉਸਦੀ ਕਿਹੜੀ ਹੁੰਦੀ ਹੈ ਜੀ? ਅੰਤਰਰਾਸ਼ਟਰੀ ਭਾਸ਼ਾ। ਸਾਡੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਜੀ? ਅੰਗਰੇਜ਼ੀ, ਠੀਕ ਹੈ। ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਵਰਤੋਂ ਵਰਤੀ ਜਾਂਦੀ ਹੈ। ਅੱਗੇ ਹੈ ਜੀ ਉਪ ਭਾਸ਼ਾ।
ਉਪਭਾਸ਼ਾ ਦੇਖੋ ਜੀ, ਜਿਹੜੇ ਇੱਕ ਵੱਡੇ ਖੇਤਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਹਿੰਦੇ ਨੇ? ਉਪਭਾਸ਼ਾ। ਠੀਕ ਹੈ ਜੀ, ਜਿਹੜੀ ਵੱਡੇ ਖੇਤਰਾਂ ਚ ਜਾਂ ਇਲਾਕਿਆਂ ਚ ਬੋਲੀ ਜਾਂਦੀ ਹੈ ਉਹ ਉਸਦੀ ਕੀ ਹੁੰਦੀ ਹੈ? ਉਪਭਾਸ਼ਾ। ਭਾਸ਼ਾ ਤੇ ਉਪਭਾਸ਼ਾ ਵਿੱਚ ਘੱਟ ਫਰਕ ਹੁੰਦਾ ਹੈ, ਯਾਨੀ ਕਿ ਬਹੁਤ ਹੀ ਘੱਟ ਫਰਕ ਹੁੰਦਾ ਹੈ ਇਹਨਾਂ ਵਿੱਚ। ਇਹਨਾਂ ਨੂੰ ਸੌਖਿਆਂ ਹੀ ਅਸੀਂ ਸਮਝ ਲੈਂਦੇ ਹਾਂ। ਜਿਵੇਂ ਅਜੋਕੇ ਸਮੇਂ ਵਿੱਚ ਸੰਚਾਰ ਦੇ ਆਵਾਜਾਈ ਦੇ ਖੇਤਰ ਵਿਚਲੀ ਕ੍ਰਾਂਤੀ ਸਦਕਾ ਉਪਭਾਸ਼ਾਵਾਂ ਵਿੱਚੋਂ ਦਿਨੋ ਦਿਨ ਘਟਦਾ ਜਾ ਰਿਹਾ, ਯਾਨੀ ਕਿ ਉਪਭਾਸ਼ਾਵਾਂ ਦਿਨੋ ਦਿਨ ਘਟਦੀਆਂ ਹੀ ਜਾ ਰਹੀਆਂ ਨੇ। ਠੀਕ ਹੈ ਬੱਚਿਓ, ਇਹ ਦੇਖੋ ਜੀ ਚਿੱਤਰ ਬਣਾਇਆ ਹੋਇਆ ਹੈ, ਇਹਦੇ ਚ ਪੰਜਾਬੀ ਭਾਸ਼ਾਵਾਂ ਦੀਆਂ ਪ੍ਰਮੁੱਖ ਉਪਭਾਸ਼ਾਵਾਂ ਲਿਖੀਆਂ ਹੋਈਆਂ ਨੇ। ਠੀਕ ਹੈ, ਇਹਨਾਂ ਨੂੰ ਕ੍ਰਮਵਾਰ ਲਿਖਿਆ ਹੋਇਆ, ਫਿਰ ਉਸ ਭਾਸ਼ਾ ਦਾ ਨਾਮ ਲਿਖਿਆ ਹੋਇਆ, ਫਿਰ ਖੇਤਰ ਜਾਂ ਇਲਾਕਾ ਲਿਖਿਆ ਹੈ ਕਿ ਕਿਹੜੀ ਭਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ। ਠੀਕ ਹੈ ਜੀ, ਹੁਣ ਕ੍ਰਮਵਾਰ ਦੇਖੋ ਜੀ, ਜਿਵੇਂ ਪਹਿਲੇ ਨੰਬਰ ਤੇ ਇੱਕ ਨੰਬਰ ਇੱਕ ਯਾਨੀ ਕਿ ਮਾਝੀ। ਮਾਝੀ ਕਿਹੜੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਜੀ? ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਗੁਜਰਾਂਵਾਲਾ, ਲਾਹੌਰ, ਸਿਆਲਕੋਟ, ਪਾਕਿਸਤਾਨ, ਇਹਨਾਂ ਖੇਤਰਾਂ ਵਿੱਚ ਮਾਝੀ ਭਾਸ਼ਾ ਬੋਲੀ ਜਾਂਦੀ ਹੈ ਜੀ। ਨੰਬਰ ਦੋ ਦੁਆਬੀ। ਦੁਆਬੀ ਕਿਹੜੇ ਖੇਤਰਾਂ ਚ? ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਦੁਆਬਾ। ਯਾਨੀ ਕਿ ਦੁਆਬੇ ਚ ਕਿਹੜੀ ਇਹਨਾਂ ਖੇਤਰਾਂ ਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਜੀ? ਦੁਆਬੀ, ਯਾਨੀ ਕਿ ਦੁਆਬਾ ਏਰੀਆ ਪੈ ਜਾਂਦਾ ਹੈ। ਅੱਗੇ ਨੰਬਰ ਤਿੰਨ ਦੇਖੋ ਜੀ, ਮਲਵਈ, ਲੁਧਿਆਣਾ, ਫਰੀਦਪੁਰ, ਮੋਗਾ, ਬਠਿੰਡਾ, ਮੁਕਤਸਰ, ਮਾਨਸਾ, ਫਰੀਦਕੋਟ, ਸੰਗਰੂਰ, ਬਰਨਾਲਾ ਅਤੇ ਪਟਿਆਲਾ ਦੇ ਕੁਝ ਹਿੱਸਿਆਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ, ਯਾਨੀ ਕਿ ਮਲਵਈ ਭਾਸ਼ਾ ਪਟਿਆਲੇ ਦੇ ਵੀ ਅੱਧੇ ਖੇਤਰਾਂ ਚ ਬੋਲੀ ਜਾਂਦੀ ਹੈ। ਨੰਬਰ ਚਾਰ ਦੇਖੋ ਜੀ, ਪੁਆਧੀ। ਪੁਆਧੀ ਕਿਹੜੇ ਖੇਤਰਾਂ ਚ? ਰੋਪੜ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਮਾਨਸਾ ਤੇ ਸੰਗਰੂਰ ਦੇ ਕੁਝ ਭਾਗ, ਜਿਵੇਂ ਸੋਰੀ ਹਰਿਆਣਾ ਦੇ ਵੀ ਅੰਬਾਲਾ ਜ਼ਿਲ੍ਹਾ ਦੇ ਕੁਝ ਭਾਗਾਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ। ਇਹ ਪੰਜਾਬ 'ਚ ਤਾਂ ਬੋਲੀ ਜਾਂਦੀ ਹੈ, ਪਰ ਹਰਿਆਣਾ ਦੇ ਅੰਬਾਲਾ ਜ਼ਿਲ੍ਹਾ ਦੇ ਕੁਝ ਖੇਤਰਾਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਪੁਆਧੀ। ਅੱਗੇ ਨੰਬਰ ਪੰਜ ਦੇਖੋ ਜੀ, ਪੋਠੇਹਾਰੀ। ਪੋਠੇਹਾਰੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਪਾਕਿਸਤਾਨ ਵਿਚਲਾ ਪੋਠੇਹਾਰ, ਯਾਨੀ ਕਿ ਪਾਕਿਸਤਾਨ ਖੇਤਰ 'ਚ ਇੱਕ ਪੋਠੇਹਾਰ ਦਾ ਇਲਾਕਾ ਹੈ ਜੋ ਰਾਵਲਪਿੰਡੀ ਤੇ ਜੇਲਮ ਪਹਾੜੀ ਦੇ ਖੇਤਰ ਨਾਲ ਸੰਬੰਧ ਰੱਖਦਾ ਹੈ। ਕਿਹੜੇ ਨਾਲ ਰੱਖਦਾ ਹੈ? ਰਾਵਲਪਿੰਡੀ ਅਤੇ ਜੇਲਮ ਦੇ ਪਹਾੜੀ ਖੇਤਰ ਨਾਲ ਸੰਬੰਧ ਰੱਖਦਾ ਹੈ, ਉੱਥੇ ਪੋਠੇਹਾਰ ਦੀ ਭਾਸ਼ਾ ਬੋਲੀ ਜਾਂਦੀ ਹੈ। ਅੱਗੇ ਦੇਖੋ ਜੀ, ਨੰਬਰ 6 ਮੁਲਤਾਨੀ। ਮੁਲਤਾਨੀ ਵੀ ਪਾਕਿਸਤਾਨ ਵਿੱਚ ਹੀ ਬੋਲੀ ਜਾਂਦੀ ਹੈ, ਮੁਲਤਾਨ ਖੇਤਰ ਵਿੱਚ, ਜਿਵੇਂ ਮੁਲਤਾਨ, ਡੇਰਾ ਗਾਜ਼ੀ ਖਾਨ, ਬਹਾਵਲਪੁਰ ਨਾਲ ਸੰਬੰਧਿਤ ਰੱਖਦੀ ਹੈ ਪਾਕਿਸਤਾਨ ਦੇ ਖੇਤਰਾਂ ਨਾਲ ਹੀ। ਔਰ ਨੰਬਰ 7 ਦੇਖੋ ਜੀ, ਡੋਗਰੀ। ਡੋਗਰੀ ਜੰਮੂ, ਕਾਠੂਆ, ਉਧਮਪੁਰ, ਧਰਮਸ਼ਾਲਾ, ਕਾਂਗੜਾ ਅਤੇ ਸਿਆਲਕੋਟ ਪਾਕਿਸਤਾਨ ਦੇ ਖੇਤਰ ਨਾਲ ਸੰਬੰਧਿਤ ਹੈ। ਇਹ ਵੀ ਭਾਸ਼ਾ ਵੀ ਪਾਕਿਸਤਾਨ ਦੇ ਅੱਧੇ ਖੇਤਰਾਂ ਨਾਲ ਸੰਬੰਧਿਤ ਹੈ, ਯਾਨੀ ਕਿ ਅੱਧੇ ਹਰਿਆਣਾ, ਮਤਲਬ ਜੰਮੂ, ਕਠੂਆ, ਊਧਮ ਸਿੰਘ, ਧਰਮਸ਼ਾਲਾ, ਕਾਂਗੜਾ ਅਤੇ ਸਿਆਲਕੋਟ, ਅੱਧੇ ਭਾਰਤ 'ਚ, ਅੱਧੇ ਪਾਕਿਸਤਾਨ 'ਚ। ਅੱਗੇ 8 ਦੇਖੋ ਜੀ, ਪਟਿਆਲੀ ਭਾਸ਼ਾ। ਇਹ ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਖੇਤਰ ਵਿੱਚ, ਯਾਨੀ ਕਿ ਦੁਰੇਨਾ, ਸ਼ਾਹਪੁਰ ਕੁੰਡੀ ਤੇ ਜ਼ਿਲ੍ਹਾ ਚੰਬਾ ਦੇ ਕੁਝ ਇਲਾਕਿਆਂ 'ਚ ਇਹ ਭਾਸ਼ਾ ਬੋਲੀ ਜਾਂਦੀ ਹੈ। ਠੀਕ ਹੈ ਜੀ, ਇਹ ਸੀ ਉਪਭਾਸ਼ਾਵਾਂ, ਯਾਨੀ ਕਿ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਸੀ, ਔਰ ਇਹਨਾਂ ਦੇ ਖੇਤਰ ਵੀ ਦੱਸੇ ਸੀ ਇਹਨਾਂ ਦੇ ਨਾਲ ਨਾਲ ਕਿ ਕਿਹੜੇ ਖੇਤਰ 'ਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਅੱਗੇ ਦੇਖੋ ਜੀ, ਲਿਪੀ। ਲਿਪੀ ਹੁੰਦੀ ਹੈ ਜੀ ਭਾਸ਼ਾ ਦੇ ਵਿਕਾਸ ਮਗਰੋਂ ਕੁਝ ਧੁਨੀਆਂ ਦੀ ਨਿਸ਼ਚਿਤ ਰੂਪ ਵਿੱਚ ਲੋੜ ਪੈਂਦੀ ਹੈ, ਯਾਨੀ ਕਿ ਮਨੁੱਖ ਨੂੰ ਕੁਝ ਧੁਨੀਆਂ ਦੀ ਲੋੜ ਪੈਂਦੀ ਹੈ। ਠੀਕ ਹੈ, ਇਸੀ ਲੋੜ ਸਦਕਾ ਮਨੁੱਖ ਨੇ ਧੁਨੀਆਂ ਨੂੰ ਚਿੰਨ੍ਹਾਂ ਦੇ ਰੂਪ ਵਿੱਚ ਦੇਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਧੁਨੀਆਂ ਜਿਹੜੀ ਨਿਕਲਦੇ ਨੇ ਉਹਨਾਂ ਨੂੰ ਚਿੰਨ੍ਹਾਂ ਦੇ ਰੂਪ ਵਿੱਚ, ਚਿੰਨ੍ਹਾਂ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ। ਇਹਨਾਂ ਚਿੰਨ੍ਹਾਂ ਨੂੰ ਲਿਪੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਜਿਹੜੀ ਮਨੁੱਖ ਨੇ ਧੁਨੀਆਂ ਚਿੰਨ੍ਹਾਂ ਦੇ ਰੂਪ ਨਾਲ, ਜਿਹੜੀ ਧੁਨੀਆਂ ਨਿਸ਼ਚਿਤ ਰੂਪ ਵਿੱਚ ਲੋੜ ਦੇ ਮਹਿਸੂਸ ਹੁੰਦੀ ਹੈ। ਠੀਕ ਹੈ, ਅੱਗੇ ਭਾਸ਼ਾ ਦੀ ਆਪਣੀ, ਜਿਵੇਂ ਦੇਖੋ ਜੀ ਦੇਵਨਾਗਰੀ ਪੰਜਾਬੀ, ਹਿੰਦੀ ਦੀ ਕਿਹੜੀ ਹੈ ਜੀ? ਦੇਵਨਾਗਰੀ। ਪੰਜਾਬੀ ਦੀ ਤਾਂ ਸਾਨੂੰ ਪਤਾ ਹੀ ਹੈ ਕਿ ਪੰਜਾਬੀ ਦੀ ਗੁਰਮੁਖੀ, ਔਰ ਇੰਗਲਿਸ਼ ਦੀ, ਅੰਗਰੇਜ਼ੀ ਦੀ ਕੀ ਹੈ ਜੀ? ਰੋਮਨ। ਠੀਕ ਹੈ ਜੀ, ਸਾਡੀ ਪੰਜਾਬੀ ਦੀ ਕੀ ਹੈ ਜੀ? ਗੁਰਮੁਖੀ। ਪੰਜਾਬੀ ਭਾਸ਼ਾ ਵਿੱਚ ਲਿਪੀਆਂ ਵੀ ਆਖਦੇ ਹਨ। ਇਸ ਦੇ ਕਿੰਨੇ ਅੱਖਰ ਹੁੰਦੇ ਨੇ? 35। ਔਰ ਇਹਨਾਂ ਦੇ ਆਪਣੇ ਆਪਣੇ ਹੀ ਵਰਗ ਹੁੰਦੇ ਨੇ, ਜਿਵੇਂ ਹੁਣ ਦੱਸੀਏ ਮੈਂ ਤੁਹਾਨੂੰ, ਊੜਾ, ਆੜਾ, ਈੜੀ, ਸੱਸਾ, ਹਾਹਾ, ਇਹਨਾਂ ਦੀ ਕੀ ਲਾਈਨ ਹੈ? ਇਹ ਨੇ ਮੁੱਖ ਵਰਗ।
ਕੱਕਾ ਖੱਖਾ ਗੱਗਾ ਘੱਗਾ ਅੰਗਾ ਅੰਗੇ ਦਾ ਕੀ ਹੈ ਜੀ ਕਵਰਗ ਇਹ ਯਾਨੀ ਕਿ ਕਵਰਗ ਲਾਈਨ ਤੋਂ ਸਟਾਰਟ ਹੁੰਦੀ ਹੈ ਚੱਚਾ ਛੱਛਾ ਜੱਜਾ ਛੱਜਾ ਨੀਆ ਨੀਆ ਕੀ ਹੈ ਜੀ ਚਵਰਗ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਨਾਣੇ ਵਾਲੀ ਕੀ ਲਾਈਨ ਹੈ ਜੀ ਟਵਰਗ ਤੱਤਾ ਥੱਥਾ ਦੱਦਾ ਧੱਦਾ ਨੰਨਾ ਤਵਰਗ ਪੱਪਾ ਫੱਫਾ ਬੱਬਾ ਪੱਬਾ ਮੰਮਾ ਪਵਰਗ ਯਈਆ ਰਾਰਾ ਲੱਲਾ ਵਾਵਾ ਡਾੜਾ ਇੱਕ ਹੁੰਦੀ ਹੈ ਅੰਤਮ ਵਰਗ ਠੀਕ ਹੈ ਜੀ ਔਰ ਸੱਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਗੱਗੇ ਪੈਰ ਸੋਰੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਔਰ ਲੱਲੇ ਪੈਰ ਬਿੰਦੀ ਕੀ ਹੁੰਦੇ ਜੀ ਨਵੀਨ ਟੋਲੀ ਇਹ ਸੀ ਸਾਡੀਆਂ ਮੁੱਖ ਭਾਸ਼ਾਵਾਂ ਦੇ ਵਰਗ ਠੀਕ ਹੈ ਜੀ ਅੱਗੇ ਦੇਖੋ ਜੀ ਵਿਆਕਰਨ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਬੋਲਣ ਜਾਂ ਪੜ੍ਹਨ ਦੇ ਜੋ ਨਿਯਮ ਦਿੱਤੇ ਜਾਂਦੇ ਨੇ ਉਹ ਉਸ ਭਾਸ਼ਾ ਦੀ ਕੀ ਹੁੰਦੀ ਹੈ ਵਿਆਕਰਨ ਕਿਸੇ ਭਾਸ਼ਾ ਦੀ ਵਰਤੋਂ ਦੇ ਨਿਯਮਾਂ ਨੂੰ ਹੀ ਵਿਆਕਰਨ ਕਹਿੰਦੇ ਹਨ ਠੀਕ ਹੈ ਜੀ ਜਿਵੇਂ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਨੇ ਤਿੰਨ ਭਾਗ ਹੁੰਦੇ ਨੇ ਜੀ ਅੱਖਰ ਜਾਂ ਵਰਨ ਬੋਧ ਸ਼ਬਦ ਬੋਧ ਵਾਕ ਬੋਧ ਠੀਕ ਹੈ ਜੀ ਔਰ ਅੱਖਰ ਬੋਧ ਦੇਖੋ ਜੀ ਇਹਨਾਂ ਦੇ ਅੰਤਰਗਤ ਕੀ ਹੁੰਦੇ ਨੇ ਇਹਨਾਂ ਦੇ ਨਾਲ ਲਗਾ ਲਗਾ ਖਰਾ ਅਤੇ ਅਰਧ ਸਵਰਾਂ ਬਾਰੇ ਸੋਰੀ ਅਰਧ ਸਵਰਾਂ ਬਾਰੇ ਦੱਸਿਆ ਜਾਂਦਾ ਹੈ ਸ਼ਬਦ ਬੋਧ ਚ ਦੇਖੋ ਜੀ ਸ਼ਬਦਾਂ ਦੀ ਬਣਤੰਤਰ ਸ਼ਬਦਾਂ ਦੀ ਵੰਡ ਅਤੇ ਰੂਪਾਂਤਰਣ ਬਾਰੇ ਦੱਸਿਆ ਜਾਂਦਾ ਹੈ ਔਰ ਵਾਕ ਬੋਧ ਚ ਦੇਖੋ ਜੀ ਵਾਕਾਂ ਦੀ ਬਣਤੰਤਰ ਇਹਨਾਂ ਦੀਆਂ ਕਿਸਮਾਂ ਵਾਕ ਵਟਾਂਦਰੇ ਅਤੇ ਵਿਰਾਮ ਚਿੰਨ ਬਾਰੇ ਦੱਸਿਆ ਜਾਂਦਾ ਹੈ ਠੀਕ ਹੈ ਬੱਚਿਓ ਐਸੀ ਸਾਡੇ ਕੁਸਚਨ ਅੱਗੇ ਹੈ ਅਭਿਆਸ ਅਭਿਆਸ ਚ ਦੇਖਿਓ ਜੀ ਕੁਪਰੇਸ਼ਨ ਦਿੱਤੇ ਹੋਏ ਨੇ ਉਹ ਆਪਾਂ ਨੇ ਆਂਸਰ ਉਹਨਾਂ ਨੇ ਦੇਣੇ ਨੇ ਪਹਿਲਾ ਕੁਸਚਨ ਦੇਖੋ ਜੀ ਕਿਸ ਨੰਬਰ ਇੱਕ ਕਿਸੇ ਮਿੱਤਰ ਨੂੰ ਫੋਨ ਕਰਨਾ ਭਾਸ਼ਾ ਦਾ ਕਿਹੜਾ ਰੂਪ ਹੈ ਜੇ ਆਪਾਂ ਕਿਸੇ ਮਿੱਤਰ ਨੂੰ ਆਪਣੇ ਫੋਨ ਤੇ ਗੱਲ ਕਰ ਰਹੇ ਹਾਂ ਉਹ ਸਾਡਾ ਕਿਹੜਾ ਰੂਪ ਹੈ ਜੀ ਉਹਦਾ ਸਹੀ ਅੰਤਰ ਹੈ ਮੌਖਿਕ ਰੂਪ ਜਾਂ ਫਿਰ ਬੋਲ ਚਾਲ ਦਾ ਰੂਪ ਬੋਲ ਕੇ ਅਸੀਂ ਆਪਣੀ ਗੱਲ ਉਹਨੂੰ ਦੱਸ ਰਹੇ ਹਾਂ ਆਪਣੇ ਸਕੂਲ ਦੇ ਅਧਿਆਪਕ ਨੂੰ ਬਿਨੈ ਪੱਤਰ ਲਿਖਣਾ ਭਾਸ਼ਾ ਦਾ ਕਿਹੜਾ ਰੂਪ ਹੈ ਜੀ ਲਿਖਿਤ ਰੂਪ ਲਿਖ ਕੇ ਦੱਸ ਰਹੇ ਹਾਂ ਨਾ ਅਸੀਂ ਆਪਣੇ ਅਧਿਆਪਕ ਨੂੰ ਕੋਈ ਵੀ ਬਿਨੈ ਪੱਤਰ ਲਿਖ ਰਹੇ ਹਾਂ ਉਹ ਭਾਸ਼ਾ ਦਾ ਕੀ ਹੈ ਲਿਖਿਤ ਰੂਪ ਉਪ ਭਾਸ਼ਾ ਅਤੇ ਭਾਸ਼ਾ ਬਾਰੇ ਤੁਸੀਂ ਕੀ ਜਾਣਦੇ ਹੋ ਵੱਡੇ ਖੇਤਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਪ ਭਾਸ਼ਾ ਆਖਦੇ ਹਨ ਠੀਕ ਹੈ ਜੀ ਔਰ ਵਿਆਕਰਨ ਦੀ ਮਹੱਤਤਾ ਵਿਆਕਰਨ ਨਾਲ ਕੀ ਹੁੰਦਾ ਜੀ ਵਿਆਕਰਨ ਨਾਲ ਸ਼ਬਦਾਂ ਦਾ ਸ਼ੁੱਧ ਰੂਪ ਵਿੱਚ ਲਿਖਣਾ ਬੋਲਣਾ ਲਿਖਣਾ ਬੋਲਣਾ ਪੜ੍ਹਨ ਪੜ੍ਹਨਾ ਸਿੱਖਦੇ ਹਾਂ ਵਿਆਕਰਨ ਤੋਂ ਇਹਦੀ ਮਹੱਤਤਾ ਹੈ ਕਿ ਇਸਦੇ ਨਾਲ ਹੀ ਵਿਆਕਰਨ ਨਾਲ ਹੀ ਅਸੀਂ ਸਾਨੂੰ ਅੱਖਰਾਂ ਦੀ ਪਹਿਚਾਣ ਹੁੰਦੀ ਹੈ ਜੀ ਅਗਰ ਦੇਖੋ ਜੀ ਠੀਕ ਉੱਤਰ ਸਾਹਮਣੇ ਟਿੱਕ ਦਾ ਨਿਸ਼ਾਨ ਲਗਾਉਣਾ ਠੀਕ ਹੈ ਜੀ ਅੱਗੇ ਦੇਖੋ ਜੀ ਇਹਦੇ ਚ ਕੋਈ ਇਹ ਚ ਦੇਖੋ ਊੜਾ ਉਹਦੇ ਚ ਯਾਨੀ ਕਿ ਭਾਸ਼ਾ ਦੀਆਂ ਕਿੰਨੀ ਕਿਸਮਾਂ ਹੁੰਦੀਆਂ ਇਹਨਾਂ ਦੇ ਤਿੰਨ ਆਪਸ਼ਨ ਦਿੱਤੇ ਹੋਏ ਦੇਖੋ ਜੀ ਪਹਿਲੇ ਚ ਦੇਖਿਓ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਚਾਰ ਦੋ ਤਿੰਨ ਇਹਦੇ ਚ ਗਲਤ ਵੀ ਦਿੱਤੇ ਹੋਏ ਨੇ ਤੇ ਇਹਦੇ ਚ ਆਪਾਂ ਨੇ ਸਹੀ ਨਿਸ਼ਾਨ ਤੇ ਟਿੱਕ ਲਗਾਉਣਾ ਯਾਨੀ ਕਿ ਭਾਸ਼ਾ ਦੇ ਕਿੰਨੇ ਰੂਪ ਹੁੰਦੇ ਨੇ ਦੋ ਆੜਾ ਦੇਖੋ ਜੀ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਕਿੰਨੀਆਂ ਹੁੰਦੀਆਂ ਹਨ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਛੇ ਚਾਰ ਕਿ ਅੱਠ ਅੱਠ ਹੁੰਦੀਆਂ ਨੇ ਤਾਂ ਸਹੀ ਆਂਸਰ ਹੈ ਅੱਠ ਠੀਕ ਹੈ ਜੀ ਅੱਗੇ ਬਠਿੰਡਾ ਜ਼ਿਲ੍ਹੇ ਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ ਕਿਹੜੀ ਬੋਲੀ ਜਾਂਦੀ ਹੈ ਜੀ ਮਲਵਈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਪੰਜਾਬੀ ਭਾਸ਼ਾ ਦੀ ਕਿਹੜੀ ਹੈ ਜੀ ਗੁਰਮੁਖੀ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਜੀ ਪੰਜਾਬੀ ਪੜ੍ਹਦੇ ਹਾਂ ਅਸੀਂ ਬੱਚੇ ਅੱਗੇ ਦੇਖੋ ਜੀ ਹਾਂ ਪੰਜਾਬੀ ਭਾਸ਼ਾ ਦੇ ਕਿੰਨੇ ਵਰਨਾਂ ਦੇ ਪੈਰਾਂ ਚ ਬਿੰਦੀ ਲੱਗਦੀ ਹੈ ਤਿੰਨ ਦੇ ਲੱਗਦੀ ਹੈ ਦਸ ਦੇ ਲੱਗਦੀ ਹੈ ਕਿ ਛੇ ਦੇ ਲੱਗਦੀ ਹੈ ਛੇ ਦਾ ਬਿਲਕੁਲ ਸਹੀ ਉੱਤਰ ਹੈ ਜੀ ਛੇ ਦੇ ਠੀਕ ਹੈ ਬੱਚੋ ਅੱਗੇ ਨੇ ਹੇਠ ਲਿਖੇ ਵਾਕਾਂ ਵਿੱਚੋਂ ਖਾਲੀ ਥਾਵਾਂ ਭਰੋ ਯਾਨੀ ਕਿ ਵਾਕ ਦਿੱਤੇ ਨੇ ਉਹਨਾਂ ਚ ਅਸੀਂ ਖਾਲੀ ਥਾਵਾਂ ਦਿੱਤੀਆਂ ਨੇ ਉਹ ਅਸੀਂ ਆਪਾਂ ਨੇ ਭਰਨੀਆਂ ਨੇ ਦੇਖੋ ਜੀ ਭਾਸ਼ਾ ਦੀ ਸ਼ੁੱਧ ਵਰਤੋਂ ਦੇ ਡੈਸ਼ ਨੂੰ ਵਿਆਕਰਨ ਕਹਿੰਦੇ ਹਨ ਸ਼ੁੱਧ ਵਰਤੋਂ ਜਿਵੇਂ ਕਿਸੇ ਵੀ ਨੂੰ ਬੋਲਣ ਜਾਂ ਲਿਖਿਤ ਚ ਵਿਆਕਰਨ ਕਹਿੰਦੇ ਹਨ ਆੜਾ ਦੇਖੋ ਜੀ ਭਾਸ਼ਾ ਦੇ ਡੈਸ਼ ਰੂਪ ਨੂੰ ਉਪ ਭਾਸ਼ਾ ਕਹਿੰਦੇ ਹਨ ਖੇਤਰੀ ਭਾਗ ਨੂੰ ਉਪਰੀ ਭਾਸ਼ਾ ਉਪ ਭਾਸ਼ਾ ਕਹਿੰਦੇ ਹਨ ਜਿਹੜੇ ਦੇਸ਼ ਚ ਉਸਦੀ ਖੇਤਰੀ ਭਾਸ਼ਾ ਯਾਨੀ ਕਿ ਬੋਲੀ ਜਾਂਦੀ ਜਿਹੜੀ ਵੱਡੇ ਖੇਤਰਾਂ ਵਿੱਚ ਬੋਲੀ ਜਾਂਦੀ ਇਲਾਕਿਆਂ ਵਿੱਚ
ਆਪਣੇ ਵਿਚਾਰਾਂ ਨੂੰ ਬੋਲ ਕੇ ਪ੍ਰਗਟ ਕਰਨਾ ਭਾਸ਼ਾ ਦਾ ਕਿਹੜਾ ਰੂਪ ਹੈ ਜੀ? ਮੌਖਿਕ ਰੂਪ। ਠੀਕ ਹੈ ਬੱਚਿਓ, ਇਹ ਸੀ ਸਾਡੇ ਅਭਿਆਸ ਚੋਂ। ਹੁਣ ਅੱਗੇ ਦੇਖੋ, ਨੰਬਰ 3 ਦੇਖੋ ਜੀ, ਹੇਠਾਂ ਉੱਪਰ ਭਾਸ਼ਾ ਦੇ ਹੇਠਾਂ ਯਾਨੀ ਕਿ ਉਪ ਭਾਸ਼ਾ ਦੇ ਉਸ ਨਾਲ ਸੰਬੰਧਿਤ ਖੇਤਰਾਂ ਬਾਰੇ ਆਪਸ ਚ, ਯਾਨੀ ਕਿ ਇੱਥੇ ਦੋ ਆਪਸ਼ਨ ਦਿੱਤੀਆਂ ਨੇ, ਇੱਕ ਤਾਂ ਭਾਸ਼ਾ ਲਿਖੀ ਹੋਈ ਹੈ, ਇੱਕ ਉਹਦੇ ਖੇਤਰ ਲਿਖੇ ਹੋਏ ਨੇ। ਅਸੀਂ ਖੇਤਰਾਂ ਨੂੰ ਇਹ ਉਲਟੇ ਉਲਟੇ ਖੇਤਰ ਲਿਖੇ ਹੋਏ ਨੇ, ਉਹਨਾਂ ਨੂੰ ਅਸੀਂ ਸਹੀ ਮਿਲਾਨ ਕਰਕੇ ਦੱਸਣਾ ਕਿ ਕਿਹੜੇ ਖੇਤਰ ਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਜੀ। ਦੇਖੋ ਜੀ, ਡੋਗਰੀ ਕਿਹੜੇ ਇਲਾਕਿਆਂ ਚ ਬੋਲੀ ਜਾਂਦੀ ਹੈ ਜੀ? ਡੋਗਰੀ ਬੋਲੀ ਜਾਂਦੀ ਹੈ ਜੀ ਕਾਂਗੜਾ ਚ। ਠੀਕ ਹੈ, ਮੁਲਤਾਨੀ ਕਿਹੜੇ ਖੇਤਰ ਚ ਬੋਲੀ ਜਾਂਦੀ ਹੈ? ਝੰਗ ਚ। ਠੀਕ ਹੈ ਜੀ, ਝੰਗ ਚ। ਉੱਥੇ ਮਾਝੀ ਅੰਮ੍ਰਿਤਸਰ ਚ, ਮਲਵਈ ਮਾਨਸਾ ਚ, ਦੁਆਬੀ ਜੇਹਲਮ ਚ, ਪੋਠੇਹਾਰੀ ਰਾਵਲਪਿੰਡੀ ਚ, ਔਰ ਪਟਿਆਲੀ ਕਿੱਥੇ ਬੋਲੀ ਜਾਂਦੀ? ਸ਼ਾਹਪੁਰ ਕੁੰਡੀ ਚ। ਠੀਕ ਹੈ ਬੱਚਿਓ, ਇਹ ਸੀ ਸਾਡੀ 6ਵੀਂ ਕਲਾਸ ਦੀ ਬੁੱਕ ਚ, ਯਾਨੀ ਕਿ ਪਹਿਲਾ ਪਾਠ ਸੀ ਭਾਸ਼ਾ ਲਿਪੀ ਅਤੇ ਵਿਆਕਰਨ। ਉਹ ਤੁਹਾਨੂੰ ਸਮਝਦਾ ਹੋਇਆ ਹੋਣਾ। ਓਕੇ ਜੀ, ਥੈਂਕ ਯੂ।